ਸਤਿ ਸ਼੍ਰੀ ਅਕਾਲ ਜੀ ਆਈ ਐਮ ਡਾਕਟਰ ਵਿਸ਼ਵ ਗੋਇਲ ਸੀਨੀਅਰ ਕੰਸਲਟੈਂਟ ਔਰਥੋਪੈਡਿਕਸ ਟਰੋਮਾ ਜੁਆਇੰਟ ਰਿਪਲੇਸਮੈਂਟ ਐਂਡ ਮਨੀਪਾਲ ਹੋਸਪਿਟਲ ਪਟਿਆਲਾ ਮੇਰੇ ਨਾਲ ਪੇਸ਼ੈਂਟ ਨੇ ਜਿਹੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਨੇ ਉਹਨਾਂ ਨੇ ਦੋਨੋਂ ਗੋਡੇ ਬਦਲਵਾਏ ਹੈ ਅਤੇ ਦੋ ਤਿੰਨ ਮਹੀਨੇ ਹੋਏ ਹੈ ਸ਼ੀ ਇਜ਼ ਪਰਫੈਕਟਲੀ ਆਲ ਰਾਈਟ ਸਭ ਕੁਛ ਆਪਣੇ ਆਪ ਕਰਦੇ ਨੇ ਆਲਮੋਸਟ ਔਕੜੀ ਵੀ ਮਾਰ ਲੈਂਦੇ ਨੇ ਅਤੇ ਤੇਜ਼ ਵੀ ਚੱਲ ਲੈਂਦੇ ਨੇ ਸ਼ੀ ਇਜ਼ ਡੂਇੰਗ ਪਰਫੈਕਟਲੀ ਆਲ ਰਾਈਟ ਅਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਨੇ I'm 65 years old. ਮੇਰੇ ਦੋਨੋਂ ਨੀਸ ਜਿਹੜੇ ਸੀ ਖਰਾਬ ਹੈ ਖਰਾਬ ਹੋ ਚੁੱਕੇ ਸੀ ਔਰ ਮੈਂ ਰੋਜ਼ ਹੀ ਹਰ ਰੋਜ਼ ਪੇਨ ਕਿਲਰ ਖਾ ਕੇ ਗੁਜ਼ਾਰਾ ਕਰ ਰਹੀ ਸੀ ਅਤੇ ਮੈਂ ਇੱਥੇ ਆਈ ਤਾਂ ਮੇਰਾ ਇਹਨਾਂ ਨਾਲ ਕੰਟੈਕਟ ਹੋਇਆ ਡਾਕਟਰ ਵਿਸ਼ਵ ਦੇ ਨਾਲ ਅਤੇ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਡਾਕਟਰ ਨਾਲ ਗੱਲ ਕਰ ਰਹੀ ਹਾਂ ਇੰਨੇ ਫਰੈਂਡਲੀ ਇਹਨਾਂ ਨੇ ਮੈਨੂੰ ਟ੍ਰੀਟ ਕੀਤਾ ਔਰ ਮੇਰਾ ਇੱਕ ਗੋਡਾ ਜ਼ਿਆਦਾ ਖਰਾਬ ਸੀ ਘੱਟ ਸੀ ਮੈਂ ਉਹਨਾਂ ਨੂੰ ਕਿਹਾ ਮੇਰਾ ਇੱਕ ਕਰ ਦਿਉ ਇੱਕ ਤਾਂ ਮੈਂ ਚਲਾ ਲਵਾਂਗੀ ਫਿਰ ਉਹਨਾਂ ਨੇ ਦੇਖਿਆ ਕਹਿੰਦੇ ਫਿਰ ਬੇਟਾ ਤੁਸੀਂ ਇੱਕ ਸਾਲ ਬਾਅਦ ਫਿਰ ਕਹੋਗੇ ਆਂਟੀ ਮੇਰਾ ਬੇਟਾ ਮੇਰਾ ਇੱਕ ਗੋਡਾ ਹੋਰ ਦੂਜਾ ਵੀ ਕਰ ਦਿਉ ਅਤੇ ਤੁਸੀਂ ਇਕੱਠੇ ਕਿਉਂ ਨਹੀਂ ਕਰਵਾ ਲੈਂਦੇ ਵੀ ਇੱਕੋ ਵਾਰੀ ਤੁਹਾਨੂੰ ਤਕਲੀਫ ਪੈਣੀ ਹੈ ਮੈਂ ਕਹਿੰਦਾ ਮੈਂ ਠੀਕ ਹੈ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਇੱਕ ਕਰਾਵਾਂ ਜਦੋਂ ਮੈਨੂੰ ਅਤੇ ਇਹਨਾਂ ਦੇ ਗੱਲਾਂ ਦੇ ਇੰਨਾ ਇੰਪਰੈਸ ਹੋਈ ਮੈਂ ਦੋਵੇਂ ਕਰਾ ਲਈ ਮੈਂ ਬਿਲਕੁਲ ਠੀਕ ਹਾਂ 15 ਦਿਨਾਂ 'ਚ ਹੀ ਮੈਂ ਖੜ੍ਹੀ ਹੋ ਗਈ ਸੀ ਆਪਣੇ ਆਪ ਵਾਸ਼ਰੂਮ ਮੇਰਾ ਜਾਣ ਲੱਗੇ ਸੀ ਇਸ ਤਰੀਕੇ ਨਾਲ ਮੈਂ ਚਲਾ ਕੇ ਹੀ ਘਰ ਭੇਜਿਆ ਜਦੋਂ ਮੈਂ 15 ਦਿਨਾਂ ਬਾਅਦ ਇਹਨਾਂ ਕੋਲ ਫਸਟ ਟਾਈਮ ਆਈ ਵਾਕਰ ਲੈ ਕੇ ਤਾਂ ਮੈਂ ਵਾਕਰ ਚੁੱਕ ਕੇ ਹੀ ਚੱਲ ਰਹੀ ਸੀ ਅਤੇ ਡਾਕਟਰ ਸਾਹਿਬ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਚੱਲਣਾ ਵਾਕਰ ਨਾਲ ਹੀ ਚੱਲਣਾ ਤਾਂ ਮੈਂ ਬਿਨਾਂ ਵਾਕਰ ਦੇ ਚੱਲ ਰਹੀ ਸੀ ਇਹਨਾਂ ਨੇ ਮੈਨੂੰ ਦੇਖਿਆ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਰਿਸਕ ਨਹੀਂ ਲੈਣਾ ਅਜੇ ਅਜੇ 2 ਮਹੀਨੇ ਆਪਾਂ ਪ੍ਰੀਕੋਸ਼ਨ ਲੈਣੇ ਆ ਮੈਂ ਕਿਹਾ ਠੀਕ ਹੈ ਅਤੇ ਬਹੁਤ ਹੀ ਅੱਛਾ ਜੋ ਮੈਂ ਆਮ ਕੇ ਸਿੰਘ ਹੋਸਪਿਟਲ ਨਿਕਲ ਲੈਂਦੇ ਹਾਂ ਮੈਂ ਜ਼ਰੂਰ ਮਿਲ ਕੇ ਜਾਂਦੇ ਹਾਂ ਠੀਕ ਹਾਂ ਮੈਂ ਸਕੂਟਰ ਵੀ ਚਲਾ ਲੈਂਦੇ ਹਾਂ ਅਤੇ ਆਪਣਾ ਸਾਰਾ ਕੰਮ ਆਪਣਾ ਆਪ ਹੀ ਕਰ ਸਕਦੀ ਹਾਂ ਪੌੜੀਆਂ ਵੀ ਵਧੀਆ ਚੜ੍ਹਦੀਆਂ ਨੀਚੇ ਵੀ ਬੈਠ ਜਾਂਦੇ ਹਾਂ ਮੈਂ ਹਾਂਜੀ ਪਾਠ ਕਰਨ ਨੂੰ ਮੈਂ ਨੀਚੇ ਬੈਠ ਗਿਆ ਮੈਨੂੰ ਇਸ ਤਰ੍ਹਾਂ ਦੇ ਗੋਡੇ ਪਾ ਕੇ ਜਦੋਂ ਮੈਂ ਨੀਚੇ ਬੈਠ ਸਕਾਂ ਤਾਂ ਮੈਂ ਹੁਣ ਆਰਾਮ ਨਾਲ ਨੀਚੇ ਫੋਲਡ ਕਰਕੇ ਨੀਚੇ ਬੈਠ ਸਕਦੀ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਹੁਣ ਮੈਂ ਜਦੋਂ ਆਉਂਦੀ ਹਾਂ ਮੈਨੂੰ ਬੜਾ ਅੱਛਾ ਲੱਗਦਾ ਕਿ ਮੈਂ ਡਾਕਟਰ ਸਾਹਿਬ ਦੇ ਦਰਸ਼ਨ ਕਰਕੇ ਜਾਵਾਂ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲ ਕੇ ਜਾਵਾਂ ਉਹਨੂੰ ਥੈਂਕਸ ਬੋਲਾਂ ਇਹਨਾਂ ਨੂੰ ਤੁਸੀਂ ਮੈਨੂੰ ਠੀਕ ਕਰਤਾ ਮੈਂ ਕੋਈ ਵੀ ਮੈਡੀਸਨ ਹੁਣ ਨਹੀਂ ਲੈ ਰਹੀ ਬਹੁਤ ਅੱਛੀ ਤਰ੍ਹਾਂ ਚੱਲ ਰਹੀ ਹਾਂ ਓਕੇ ਥੈਂਕ ਯੂ ਥੈਂਕ ਯੂ ਮੈਮ ਫੋਰ ਯੋਰ ਕਾਈਂਡ ਵਰਡਸ ਅਤੇ ਜੇ ਨੀ ਰਿਪਲੇਸਮੈਂਟ ਦਾ ਕੋਈ ਨੈਗੇਟਿਵ ਔਰਾ ਨਾ ਰੱਖੋ ਆਪਣੇ ਮਨ ਦੇ ਵਿੱਚ ਜਿਹਨੂੰ ਪ੍ਰੋਬਲਮ ਹੈ ਇਹਨੂੰ ਕਰਵਾ ਲਓ ਰਾਦਰ ਦੈਨ ਲੌਂਗ ਟਾਈਮ ਪੇਨ ਕਿਲਰ ਖਾਣ ਨਾਲ ਕਿਡਨੀ ਨੂੰ ਡੈਮੇਜ ਕਰਨ ਤੋਂ ਬੈਟਰ ਹੈ ਕਿ ਗੈਟ ਇਟ ਰਿਪਲੇਸ ਐਜ਼ ਅਰਲੀ ਐਜ਼ ਪੋਸੀਬਲ ਪੇਸ਼ੈਂਟ ਇਜ਼ ਹੈਵਿੰਗ ਪ੍ਰੋਬਲਮ ਜੇ ਉਹਦੀ ਇੰਡੀਕੇਸ਼ਨ ਪ੍ਰੋਪਰ ਹੈ ਤੁਹਾਨੂੰ ਕਰਵਾ ਲੈਣਾ ਚਾਹੀਦਾ ਇਸ 'ਚ ਡਰਨ ਦੀ ਕੋਈ ਗੱਲ ਨਹੀਂ ਹੈ ਲਾਈਕ ਪੇਸ਼ੈਂਟ ਨੇ ਸ਼ੇਅਰ ਕੀਤਾ ਸ਼ੀ ਇਜ਼ ਪਰਫੈਕਟਲੀ ਆਲ ਰਾਈਟ ਸੋ ਇਹ ਆਪਣੇ ਮਨ ਦੇ ਵਿੱਚ ਮਿੱਥ ਜਾਂ ਔਰਾ ਜੋ ਵੀ ਹੈ ਉਹਨੂੰ ਖਤਮ ਕਰੋ ਅਤੇ ਜਿਹਨੂੰ ਜ਼ਰੂਰਤ ਹੈ ਪਲੀਜ਼ ਕਮ ਟੂ ਮੀ ਆਈ ਵਿਲ ਟਰਾਈ ਟੂ ਹੈਲਪ ਯੂ ਇਨ ਐਨੀ ਵੇ ਇਨ ਆਲ ਦਾ ਵੇ ਥੈਂਕ ਯੂ ਸੋ ਮਚ